ਅਸੀਂ ਅੱਗੇ ਆਪਣੇ ਵੀਰਾਂ ਦਾ ਸਹਾਰਾ ਲੈ ਲਾਂਗੇ ਕਿ ਜਵਾਨ ਤੇ ਕਿਸਾਨ ਇਕੱਠੇ ਨੇ। ਟਰੈਕਟਰ ਮਾਰਚ ਦੀ ਗੱਲ ਸੀ ਪਰ ਆਪਾਂ ਪੈਦਲ ਹੀ ਚੱਲ ਪਏ ਆ ਭਾਈ, ਸਾਡੇ ਹੌਸਲੇ ਨੇ ਬੁਲੰਦ ਕਰਤੇ ਜੀ, ਸਾਡੇ ਵੀਰਾਂ ਨੇ ਜੋਸ਼ ਹੀ ਇੰਨਾ, ਅਸੀਂ ਇੱਟ ਨਾਲ ਇੱਟ ਖੜਕਾਉਣ ਜਾ ਰਹੇ ਆ ਦਿੱਲੀ ਦੀ। ਮੈਂ ਅੰਨੀ ਬੋਲੀ ਸਰਕਾਰ ਨੂੰ ਇਹ ਦੱਸਣਾ ਚਾਹਾਂਗਾ ਵੀ 29 ਤੱਕ ਜੇ ਅੱਜ ਦੇਖ ਲੈ ਕਿੰਨਾ ਹੜ ਆ ਚੁੱਕਿਆ, ਦੁਨੀਆ ਨੂੰ ਪੈਰ ਰੱਖਣ ਨੂੰ ਜਗ੍ਹਾ ਨਹੀਂ, ਬੰਦੇ ਤੇ ਬੰਦਾ ਗਾ, ਬੰਦੇ ਤੇ ਬੰਦਾ। ਤੇ ਜੇ ਮੋਦੀ ਹਜੇ ਵੀ ਨਾ ਸੁਣੀ ਤਾਂ ਤੇਰਾ ਇਹੋ ਜਿਹਾ ਹਾਲ ਹੋਊ, ਤੂੰ ਜ਼ਿੰਦਗੀ ਭਰ ਯਾਦ ਰੱਖੇਗਾ। 29 ਤਰੀਕ ਨੂੰ ਤੇਰੀ ਸੰਸਦ ਦੇ ਅੱਗੇ ਆ ਕੇ ਮੈਂ ਆਤਮਧਾਹ ਕਰੂੰਗਾ। ਸੋ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਦੀ ਹਿੱਕ 'ਤੇ ਆ ਕੇ ਟਰੈਕਟਰ ਮਾਰਚ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ। ਸੋ ਇਸ ਟਾਈਮ ਅਸੀਂ ਦਿੱਲੀ ਦੀ ਹਿੱਕ 'ਤੇ ਜਾਣੀ ਕਿ ਦਿੱਲੀ ਰਿੰਗ ਰੋਡ 'ਤੇ ਮੌਜੂਦ ਹਾਂ। ਤਾਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਕਾਫਲਾ ਕਿਸਾਨਾਂ ਦਾ ਆ ਰਿਹਾ ਹੈ। ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੀਆਂ, ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹੈ। ਹਾਲਾਂਕਿ ਬੈਰੀਕੇਡਿੰਗ 3 ਜਗ੍ਹਾ 'ਤੇ ਕੀਤੀ ਗਈ ਸੀ, ਲੇਕਿਨ ਕਿਸਾਨ ਨੌਜਵਾਨਾਂ ਵੱਲੋਂ ਉਹਨਾਂ ਬੈਰੀਕੇਡਿੰਗਾਂ ਨੂੰ ਤੋੜ ਦਿੱਤਾ ਗਿਆ। ਸੋ ਤੁਸੀਂ ਦੇਖ ਸਕਦੇ ਹੋ ਹਰਿਆਣਵੀ ਵੀਰ ਆ ਰਹੇ ਹੈ, ਤਿਰੰਗਾ ਲਹਿਰਾਇਆ ਹੈ, ਕਿਸਾਨੀ ਸੰਘਰਸ਼ ਦੇ ਝੰਡੇ ਨਜ਼ਰ ਆ ਰਹੇ ਹੈ। ਸੋ ਦੂਸਰੇ ਪਾਸੇ ਅਗਰ ਤਸਵੀਰ ਦੀ ਗੱਲ ਕਰੀਏ ਤਾਂ ਨੌਜਵਾਨ ਪੈਦਲ ਵੀ ਚੱਲ ਕੇ ਆ ਰਹੇ ਹੈ। ਸੋ ਅਸੀਂ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ। ਵੀਰ ਜੀ, ਕੀ ਨਾਮ ਜੇ ਅਤੇ ਕਿੱਥੋਂ ਹੈ ਜੀ? ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਿੱਥੋਂ ਦਾ ਯੋਧਾ ਹੋਇਆ ਸਾਡਾ ਸੂਰਮਾ ਭਗਤ ਸਿੰਘ, ਉੱਥੋਂ ਦਿਆਂ ਵੀਰ ਅਸੀਂ। ਅੱਜ ਪੈਦਲ ਟਰੈਕਟਰ ਮਾਰਚ ਦੀ ਗੱਲ ਸੀ ਪਰ ਆਪਾਂ ਪੈਦਲ ਹੀ ਚੱਲ ਪਏ ਹਾਂ ਭਾਈ। ਸਾਡੇ ਹੌਸਲੇ ਨੇ ਬੁਲੰਦ ਕਰਤੇ ਜੀ, ਸਾਡੇ ਵੀਰਾਂ ਨੇ ਜੋਸ਼ ਹੀ ਇੰਨਾ, ਅਸੀਂ ਇੱਟ ਨਾਲ ਇੱਟ ਖੜਕਾਉਣ ਜਾ ਰਹੇ ਹਾਂ ਦਿੱਲੀ ਦੀ। ਅਤੇ ਫਿਰ ਟਰੈਕਟਰ ਅੱਗੋਂ ਟਰੈਕਟਰ 'ਤੇ ਬੈਠੇ ਜਾਓਗੇ ਜਾਂ ਪੈਦਲ ਹੀ ਮਾਰਚ ਕੀਤਾ ਜਾਊਗਾ? ਵੀਰੇ, ਜਿੱਥੋਂ ਤੱਕ ਪੈਦਲ ਹੀ ਜਾਵਾਂਗੇ ਭਾਈ ਜੀ, ਐਂ ਜਾਵਾਂਗੇ ਜੀ। ਬਿਲਕੁਲ, ਜਿਹੜਾ ਨੌਜਵਾਨਾਂ 'ਚ ਜੋਸ਼ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਪੈਦਲ ਹੀ ਨੌਜਵਾਨ ਜਿਹੜੇ ਹੈ ਉਹ ਆ ਗਏ ਹੈ। ਅਗਰ ਟਰੈਕਟਰਾਂ ਦੀ ਗੱਲ ਕਰੀਏ ਤਾਂ ਸੈਂਕੜੇ ਕਿਲੋਮੀਟਰ ਦਾ ਲੰਬਾ ਜਾਮ ਜਿਹੜਾ ਹੈ ਸਿੰਘੂ ਬਾਰਡਰ ਤੋਂ ਲੈ ਕੇ, ਵੀਰ ਬਾਕੀ ਸਾਡੇ ਭਾਈਆਂ ਨੂੰ ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਬਸ ਹੌਸਲੇ ਬੁਲੰਦ ਰੱਖਿਓ ਹੌਸਲੇ। ਬਿਲਕੁਲ, ਜਜ਼ਬਾ ਜਿਹੜਾ ਨੌਜਵਾਨਾਂ 'ਚ ਕਾਫੀ ਤੁਸੀਂ ਦੇਖ ਸਕਦੇ ਹੋ। ਸੋ ਕਿਹਾ ਹੀ ਜਾ ਰਿਹਾ ਕਿ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਸੋ ਗੱਲ ਕਰ ਰਹੇ ਸੀ ਸਿੰਘੂ ਬਾਰਡਰ ਤੋਂ ਲੈ ਕੇ ਸੈਂਕੜੇ ਕਿਲੋਮੀਟਰ ਦਾ ਅਗਰ ਲੰਬਾ ਪਿੱਛੇ ਟਰੈਕਟਰਾਂ ਦਾ ਜਾਮ ਲੱਗਾ ਹੋਇਆ ਹੈ। ਹਾਲਾਂਕਿ ਕਈ ਟਰੈਕਟਰ ਜਿਹੜੇ ਆ ਉਹ ਆ ਗਏ ਆ, ਤਾਂ ਟਰੈਕਟਰ ਮਾਰਚ ਜਿਹੜਾ ਹੈ ਸ਼ੁਰੂ ਹੋ ਗਿਆ, ਟਰੈਕਟਰ ਪਰੇਡ ਜਿਹੜੀ ਹੈ ਉਹ ਕੀਤੀ ਜਾਣੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦਾ ਜੋਸ਼ ਆਪਣੇ ਹੀ ਤਰੀਕੇ ਨਾਲ ਦੇਖਣ ਨੂੰ ਮਿਲ ਰਿਹਾ ਹੈ, ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ। ਸੋ ਇਹ ਵੀ ਇੱਕ ਜਿੱਤ ਦਾ ਅਸੀਂ ਕਹਾਂਗੇ ਕਿ ਜਿੱਤ ਬਿਲਕੁਲ ਨੇੜੇ ਨਜ਼ਰ ਆ ਰਹੀ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਆ ਉਹ ਹੁਣ ਪਹੁੰਚੇ ਆ। ਸੋ ਮੋਰਚਾ ਕੋਈ ਵੀ ਹੈ, ਅਗਰ ਬਜ਼ੁਰਗ ਆਗੂਆਂ ਨੇ 2-3 ਮਹੀਨੇ ਤੱਕ ਮੋਰਚਾ ਸਾਂਭ ਕੇ ਰੱਖਿਆ ਸੀ, ਤਾਂ ਨੌਜਵਾਨ ਹੀ ਹੈ ਜੋ ਪੰਜਾਬ ਤੋਂ ਹਰਿਆਣੇ ਤੱਕ ਅਤੇ ਹਰਿਆਣੇ ਤੋਂ ਹੁਣ ਦਿੱਲੀ ਤੱਕ ਇਸ ਮੋਰਚੇ ਨੂੰ ਲੈ ਕੇ ਆਏ ਆ। ਸੋ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਆਈਆਂ, ਤੁਹਾਨੂੰ ਦਿਖਾਇਆ ਘੋੜਿਆਂ 'ਤੇ ਸਵਾਰ ਹੋ ਕੇ ਦਿੱਲੀ ਨੂੰ ਜਿਹੜਾ ਕੂਚ ਕੀਤਾ ਗਿਆ ਹੈ। ਦਿੱਲੀ ਦੇ ਜਿਹੜਾ ਮੇਨ ਹਾਈਵੇ ਹੈ ਉਹਦੇ 'ਤੇ ਅਸੀਂ ਮੌਜੂਦ ਹਾਂ। ਸੋ ਅੱਜ ਜਿਹੜਾ ਹੈ ਲਗਭਗ ਜਿੱਤ ਕਰੀਬ ਹੈ। ਸੋ ਦੇਖ ਸਕਦੇ ਹੋ ਕਿ ਕਾਫਲਾ ਟਰਾਲੀਆਂ ਦਾ ਆ ਰਿਹਾ, ਹਾਲਾਂਕਿ ਇੱਕ ਲਾਈਨ ਜਿਹੜੀ ਹੈ ਪਿੱਛੇ ਲੱਗੀ ਹੋਈ ਹੈ ਲੰਬੀ, ਉਸ ਲਾਈਨ ਤੋਂ ਇਕੱਠੇ ਕਰਕੇ ਟਰੈਕਟਰ ਚਲਾਏ ਜਾਣਗੇ। ਲੇਕਿਨ ਕੁਝ ਨੌਜਵਾਨ ਵੀਰ ਹੈ ਉਹ ਟਰੈਕਟਰ ਸਣੇ ਟਰਾਲੀਆਂ ਦੇ ਵਿੱਚ ਮਹਿਲਾਵਾਂ ਵੀ ਮੌਜੂਦ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਮਹਿਲਾਵਾਂ ਪੈਦਲ ਹੀ ਚੱਲ ਕੇ ਵੀ ਆ ਰਹੀਆਂ ਹੈ। ਸੋ ਜਿਹੜਾ ਜੋਸ਼ ਹੈ ਇਹ ਜੋਸ਼ ਹਾਰਨ ਨਹੀਂ ਦੇਵੇਗਾ। ਇਹ ਜਿਹੜੇ ਖੇਤੀ ਸੁਧਾਰ ਬਿੱਲਾਂ ਨੂੰ ਰੱਦ ਕਰਵਾਉਣ ਦੀਆਂ ਗੱਲਾਂ ਸੀ, ਜਿਸ ਤਰ੍ਹਾਂ ਦਾ ਜੋਸ਼ ਹੈ ਜਿਸ ਤਰ੍ਹਾਂ ਹੀ ਜੋਸ਼ ਬਰਕਰਾਰ ਰਿਹਾ, ਤਾਂ ਜਲਦ ਹੀ ਜਿਹੜੇ ਆ ਕਾਨੂੰਨ ਰੱਦ ਹੋਣਗੇ। ਸੋ ਵੱਡਾ ਜਿਹੜਾ ਇਤਿਹਾਸਿਕ ਦਿਨ ਜਿਹੜਾ ਹੈ ਉਹ ਬਣਿਆ ਹੈ 26 ਜਨਵਰੀ ਨੂੰ। ਸੋ ਗੱਲਬਾਤ ਕਰ ਲੈਂਦੇ ਹਾਂ ਔਰਤਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕਿਹੜੀ ਜਗ੍ਹਾ ਤੋਂ ਹੈ ਜੀ? ਬੇਟਾ ਮੇਰਾ ਪਿੰਡ ਕੌਲੀਆ, ਜ਼ਿਲ੍ਹਾ ਪਟਿਆਲਾ, ਮੇਰਾ ਨਾਂ ਕੁਲਵੀਰ ਕੌਰ ਹੈ। ਅੱਜ ਟਰੈਕਟਰ ਮਾਰਚ ਸੀ ਲੇਕਿਨ ਪੈਦਲ ਹੀ ਚੱਲੇ ਪਾਏ ਤੁਸੀਂ? ਹਾਂਜੀ, ਕਿਸਾਨ ਤੇ ਜਵਾਨ ਹਮੇਸ਼ਾ ਅੱਗੇ, ਕਿਸਾਨ ਮਿਹਨਤ ਕਰਦਾ ਖੇਤਾਂ, ਪੈਦਲ ਹੀ ਸਾਡੇ ਪੈਦਲ ਹੀ ਚੁਣਿਆ ਜੀ। ਅੱਜ ਤੁਹਾਡੇ ਵੱਲੋਂ ਮਾਰਚ ਕੀਤਾ ਜਾ ਰਿਹਾ, ਅੱਗੋ ਟਰੈਕਟਰ ਤੇ ਬੈਠੋਗੇ ਜਾਂ ਪੈਦਲ ਹੀ ਮਾਰਚ ਕਰੋਗੇ? ਜਿੰਨੀ ਦੇਰ ਤੱਕ ਜਿੱਥੇ ਤੱਕ ਸਾਡੇ 'ਚ ਦਮ ਹੈ, ਸਾਹ ਹੈ, ਉਦੋਂ ਤੱਕ ਤਾਂ ਅਸੀਂ ਚੱਲਾਂਗੇ ਪੈਦਲ, ਫਿਰ ਅਸੀਂ ਅੱਗੇ ਆਪਣੇ ਵੀਰਾਂ ਦਾ ਸਹਾਰਾ ਲੈ ਲਾਂਗੇ ਕਿ ਜਵਾਨ ਤੇ ਕਿਸਾਨ ਇਕੱਠੇ ਨੇ ਜੀ। ਬਿਲਕੁਲ, ਤਾਂ ਜਿੰਨੀ ਚਿਰ ਤੱਕ ਅੱਗੋ 1 ਫਰਵਰੀ ਨੂੰ ਫਿਰ ਪੈਦਲ ਮਾਰਚ ਦੇ ਜਿਹੜੇ ਕੋਲ ਦਿੱਤੀ ਗਈ ਹੈ, ਫਿਰ ਅਸੀਂ ਜਾਵਾਂਗੇ ਜੀ ਜ਼ਰੂਰ। ਅਸੀਂ ਆਪਣੇ ਕਿਸਾਨ ਜਥੇਬੰਦੀਆਂ ਦੇ ਹਰ ਹੁਕਮ ਮੰਨ ਕੇ ਚੱਲ ਰਹੇ ਹਾਂ, ਅਸੀਂ ਸ਼ਾਂਤੀਪੂਰਨ ਜਾਣਾ, ਅਸੀਂ ਸਰਕਾਰ ਨੂੰ ਝੁਕਾਉਣਾ ਚਾਹੁੰਦੇ ਹਾਂ ਕਿ ਅਸੀਂ ਤਿੰਨੇ ਕਾਨੂੰਨਾਂ ਰੱਦ ਕਰਾ ਕੇ ਜਾਵਾਂਗੇ। ਲੱਗਦਾ ਕਿ ਅੱਜ ਲਗਭਗ ਫਤਿਹ ਹੋ ਗਈ ਹੈ ਜਿਸ ਹਿਸਾਬ ਨਾਲ ਮਾਰਚ ਆ ਗਿਆ। ਸਾਨੂੰ ਕਿਸਾਨਾਂ ਨੂੰ ਪਹਿਲੀ ਵਾਰ ਪਰੇਡ ਦਾ ਮੌਕਾ ਮਿਲਿਆ, ਜਦਕਿ ਜਵਾਨ ਪਹਿਲਾਂ ਪਰੇਡ ਕਰਦਾ ਸੀ, ਪਰ ਕਿਸਾਨ ਨੂੰ ਕਦੇ ਨਹੀਂ ਮੌਕਾ ਮਿਲਿਆ। ਅੱਜ ਸਾਡੇ ਕਿਸਾਨ ਜਥੇਬੰਦੀ ਨੇ ਸਾਨੂੰ ਮੌਕਾ ਦਿੱਤਾ, ਅਸੀਂ ਪਰੇਡ ਕਰ ਰਹੇ ਹਾਂ। ਅਕਸਰ ਹੀ ਦੇਖਿਆ ਜਾਂਦਾ 26 ਜਨਵਰੀ ਜਾਂ 15 ਅਗਸਤ 'ਤੇ ਜਾਂ ਤਾਂ SVM ਝੰਡਾ ਲਹਿਰਾਉਂਦਾ ਜਾਂ ਮੰਤਰੀ, ਅੱਜ ਕਿਸਾਨਾਂ ਨੂੰ ਮੌਕਾ ਮਿਲਿਆ, ਕਿੱਦਾਂ ਦਾ ਲੱਗਿਆ? ਅਸੀਂ ਅੱਜ
किसान भी लहरा रहे अपना किसानी झंडा, पर असीं तिरंगा भी लहरा रहे कि साडे ट्रैक्टर दे उत्ते वहीकल लगे जा रहे ने, पर असीं दोनों नूं समर्थन करदे आ कि साडा भारत, असीं भारत दे वासी आ। बिल्कुल, जिहड़े गल कीती जा रही है झंडे लहराउण दी, सो देख सकदे हो कि केसरी निशान साहब जिहड़े आ उह झूल रहे आ। सो असीं गलबात करदे आ नौजवानां नाल। की नाम वीर जी? लखविंदर सिंह जी। कीड़ी जगह तो? टांडा। की कहोगे अज दे ट्रैक्टर मार्च बारे? ट्रैक्टर मार्च यह है भी अपनी जित आ जी, पूरी असीं ये जित प्राप्त करके रहांगे, अपने जिहड़े काले कानून आ उह वापस करा के रहांगे जी। कदों तक ट्रैक्टर मार्च जिहड़ा जी अगों फिर रोकिया गया तां फिर तोड़े जाणगे? हाँ, तोड़े जाणगे जी, साडे कोल सारे हथियार सारे नाल ही आ जी, आपां तोड़ के लंघ के जावांगे जी। जोश जज्बा वह कायम है तो कित नहीं हारते ये किसान नौजवान, सो पूरे जज्बे दे नाल तुरे आ। सो सैकड़े किलोमीटर का पिछे भी लंबा जाम जड़ा है वह ट्रैक्टर का वेखन नूं मिल रहा है। सो जयकारियां दी गूंज दे नाल ट्रैक्टर मार्च जड़ा शुरू होया है। सो गुरु गोबिंद सिंह जी का आसरा लैके, श्री गुरु ग्रंथ साहिब जी की आसरा लैके सो ये ट्रैक्टर मार्च शुरू होया है। सो ये ट्रैक्टर मार्च हारन वाला नहीं, ट्राली दियां तस्वीरां दिखा दी है तो पूरी ट्राली जड़ी है वह फुल है। सो नौजवान वड्डी गिनती विच इत्थे मौजूद है। सो अज फिर नौजवानों की एकत्रता, नौजवानों का इकट्ठ देखण नूं मिलिया, जिस करके ये ट्रैक्टर मार्च सफल हो पा रहा है। सो अगर असी गल करिए तो हुण आपां दिल्ली दे रोड दे उत्ते आ, तां लगभग जिहड़ियां अगों ट्रालियां जिहड़ियां उह पहुँच चुकियां है दिल्ली दे विच। सो दूसरे बन्ने गल करिए तां ट्रैक्टर की झाकी भी जिहड़ी है वह बनाई गई है, जिहड़ी दिल्ली दे विच झाकी दिखाई जानी है। सो भी तस्वीर असीं तुहानूं दिखा रहे हैं अपने चैनल दे राही कि झाकी भी जिहड़ी है वह बनाई गई है। सो हारां नाल ट्रैक्टर नूं सजाया होया है। सो अगर इस शहीद इन्हां दी गल करिए तां भुख हड़ताल ते भी लंबा समा बैठे रहे सी। बापू जी की नाम जी? हरविंदर सिंह बिछोया जी। की कहना चाहोगे अज दे ट्रैक्टर मार्च बारे? कानून रद्द करवाउण वास्ते पए तुहाडे वल्लों इस संस्था वल्लों भुख हड़ताल भी रखी गई सी, हुण ट्रैक्टर मार्च किया जा रहा है, किन्ना क जित समझदे कि जीती जीती जी? जीती जीती पक्की गल है, वह जित दे लगभग कोल पहुँच चुके हैं। सो असी गलबात करते हैं हरियाणे तो हैं ताऊ जी, इन्हों ने जड़ा है कि भुख हड़ताल भी रखी हुई सी। सो असी पहला भी इन्होंने अपने चैनल के जरिए गलबात कर सके हैं। की कहना चाहोगे अज के मार्च बारे? आज के मार्च में हमारा मार्च जो है वो सफल होगा। 26 जनवरी को गणतंत्र दिवस है, देश की आज़ादी जो हमारे राजगुरु सुखदेव भगत सिंह श्री के लोगों ने लिया था, इसके अंदर है ना, हम काले कानून रद्द करा कर ही वापिस जाएंगे। मैं आमरण अनशन पर बैठा हूँ और मंत जी जो कि 44 दिन से आमरण अनशन पर हैं और हम 29 तारीख को असी तुहानू होर भी तस्वीरां दिखा रहे हैं, झाकियां जिहड़ियां वह कढ़ियां जा रही हैं। सो साडे नाल महंत जी भी मौजूद है, असी गलबात इन्हां नाल भी करांगे। की कहोगे जी? भुख हड़ताल भी लंबा समा तुहाडे वल्लों चलाई गई है? मैं भुख हड़ताल ते नहीं सी जी, मैं मरण वरत ते सी, अज भी मरण वरत ते हां।